देश भर के विच तेल दीआं कीमतां दे वाधे नूं लैके जिथे लोग परेशान है उत्थे ही तुहानूं दस दईए कि पंजाब दे विच डीलर पेट्रोल पंप डीलर एसोसीएशन के जिहड़े मालक ने वह भी परेशान नज़र आउंदे ने क्योंकि उन्हां वल्लों लगातार जिहड़ी मीटिंगां कीतीआं जा रही सी फैसला लिया गया कि रोज़ाना जिहड़े पंप जिहड़े ने ਉਹ ਹੁਣ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਖੁੱਲ੍ਹਣਗੇ 5 ਵਜੇ ਜਿਹੜਾ ਪੈਟਰੋਲ ਪੰਪ ਉਹ ਬੰਦ ਕਰ ਦਿੱਤੇ ਗਏ ਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਤੇਲ ਦੀ ਕੀਮਤਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ ਲੋਕ ਜਿਹੜੇ ਨੇ ਇਸ ਗੱਲ ਨੂੰ ਪਰੇਸ਼ਾਨ ਨੇ ਲੋਕਾਂ ਨਾਲ ਵੀ ਗੱਲਬਾਤ ਕਰ ਲੈਂਦੇ ਨੇ ਪਹਿਲਾਂ ਸਰ ਕੀ ਕਹਿਣਾ ਚਾਹੁੰਦੇ ਹੋ ਤੇਲ ਪਵਾਉਣ ਆਏ ਹੋ ਕਿਉਂਕਿ ਪਹਿਲਾਂ ਤਾਂ ਤੇਲ ਦੀਆਂ ਕੀਮਤਾਂ ਨੇ ਜਿੱਥੇ ਲੋਕ ਪਰੇਸ਼ਾਨ ਕਰ ਦਿੱਤੇ ਸੀ ਹੁਣ ਪੈਟਰੋਲ ਪੰਪ ਦੇ ਮਾਲਕ ਵੀ ਪਰੇਸ਼ਾਨ ਨੇ ਕੀ ਕਹਿਣਾ ਚਾਹੁੰਦੇ ਸਾਰੇ ਪਰੇਸ਼ਾਨ ਹੈ ਜੀ ਜਦੋਂ ਤੇਲ ਪਵਾਉਣਾ ਤਾਂ 109 ਰੁਪਏ ਦਾ ਲੀਟਰ ਹੋ ਗਿਆ ਦੱਸੋ ਕਿੱਥੋਂ ਮਹਿੰਗਾਈ ਬਹੁਤ ਵੱਧਦੀ ਜਾ ਰਹੀ ਹੈ ਬੁਲਟ ਦੇ ਐਵਰੇਜ 30-35 ਦੀ ਐਵਰੇਜ ਹੈ ਜੀ ਇਹਨੂੰ ਚੱਕਦੇ ਨਹੀਂ ਤਾਂ ਤੇਲੇ ਪਾਉਣ ਆਏ ਬਸ ਘਰੇ ਖੜੇ ਮਾੜਾ ਮੋਟਾ ਚਲਾਉਂਦੇ ਜੀ ਬੈਟਰੀ ਚਾਰਜ ਕਰਨ ਵਾਸਤੇ ਸਰਕਾਰਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਚਿੰਤਤ ਨਹੀਂ ਹਨ ਕਿਉਂਕਿ ਲਗਾਤਾਰ ਤੇਲ ਦੀ ਕੀਮਤਾਂ ਵੱਧ ਰਹੀਆਂ ਨੇ ਵੈਟ ਜਿਹੜਾ ਵਾਧਾ ਹੁੰਦਾ ਨਜ਼ਰ ਆ ਰਿਹਾ ਹੁਣ ਵੱਡੀ ਪਰੇਸ਼ਾਨੀ ਇਹ ਆ ਰਹੀ ਹੈ ਕਿ ਅਗਲੇ ਐਲਾਨ ਕਰਤਾ ਵੀ 7 ਵਜੇ ਲੈ ਕੇ ਸਵੇਰੇ 5 ਵਜੇ ਸ਼ਾਮੀ 5 ਵਜੇ ਤੱਕ ਪੰਪ ਬੰਦ ਰਹਿਣਗੇ ਅਗਰ ਕਿਸੇ ਨੂੰ ਤੇਲ ਖਤਮ ਹੋ ਜਾਂਦੇ ਸ਼ਾਮੀ ਕਿੱਥੇ ਪਵਾਏਗਾ ਪਰੇਸ਼ਾਨੀ ਤਾਂ ਲੋਕਾਂ ਨੂੰ ਹੋਣੀ ਜੀ ਪੰਪਾਂ ਦੀ ਤਾਂ ਕੋਈ ਪਰੇਸ਼ਾਨੀ ਨਹੀਂ ਹੈ ਪਰੇਸ਼ਾਨੀ ਤਾਂ ਪਬਲਿਕ ਨੂੰ ਹੋਣੀ ਹੈ ਸਾਰੀ ਪਰੇਸ਼ਾਨੀ ਪਬਲਿਕ ਨੂੰ ਗਿਰ ਰਹੀ ਹੈ ਮਹਿੰਗਾਈ ਦੀ ਪਬਲਿਕ ਨੂੰ ਮਾਰੀ ਹੈ ਸਾਰਾ ਮੋਦੀ ਨੇ ਬੇੜਾ ਗਰਕ ਕਰਤਾ ਜੀ ਸਾਡੇ ਦਾ ਸੁਣ ਸਕਦੇ ਹੋ ਕਿ ਕਿਤੇ ਨਾ ਕਿਤੇ ਸਰਕਾਰਾਂ ਤੋਂ ਵੀ ਦੋਸ਼ ਨੇ ਪੈਟਰੋਲ ਪੰਪ ਦੇ ਜਿਹੜੇ ਮਾਲਕ ਮਸ਼ਹੂਰ ਨੇ ਉਹ ਮੌਜੂਦ ਨੇ ਗੱਲਬਾਤ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਕੁਝ ਹੁਣ ਨਵੇਂ ਐਲਾਨ ਕੀਤੇ ਗਏ ਸਰ ਸਾਡੀਆਂ ਨਾ ਦੋ ਡਿਮਾਂਡਸ ਹੈਗੀਆਂ ਸੈਂਟਰ ਗਵਰਨਮੈਂਟ ਦੇ ਵਾਸਤੇ ਅਤੇ ਇੱਕ ਸਟੇਟ ਗਵਰਨਮੈਂਟ ਵਾਸਤੇ ਸਟੇਟ ਗਵਰਨਮੈਂਟ ਨੂੰ ਅਸੀਂ ਪਿਛਲੇ 14 ਸਾਲ ਤੋਂ ਰਿਕੁਐਸਟ ਕਰ ਰਹੇ ਹੈਗੇ ਕਿ ਵੈਟ ਜਿਹੜਾ ਹੈਗਾ ਪੈਟਰੋਲ ਡੀਜ਼ਲ ਤੋਂ ਐਡਜੋਇਨਿੰਗ ਸਟੇਟ ਤੋਂ ਬਰਾਬਰ ਕੀਤਾ ਜਾਏ ਪੰਜਾਬ ਦੀ ਪਬਲਿਕ ਜ਼ਿਆਦਾ ਪੈਸੇ ਕਿਉਂ ਦੇ ਅਤੇ ਸੈਂਟਰ ਗਵਰਨਮੈਂਟ ਨੂੰ ਅਸੀਂ ਕਹਿ ਰਹੇ ਹੈਗੇ ਕਿ ਸਾਡੀ ਇੱਕ ਤਾਂ ਇਨਵੈਸਟਮੈਂਟ ਬੋਡੀ ਵੱਧ ਗਈ ਸਾਡਾ ਪਰਸੈਂਟੇਜ ਮਾਰਜਨ ਘੱਟ ਗਿਆ 5 ਵਜੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਇਹਦੇ ਨਾਲ ਕੀ ਐਲਾਨ ਅਸੀਂ ਇਸ ਲਈ ਕੀਤਾ ਕਿ ਅਸੀਂ ਆਪਣੀ ਕੋਸਟਿੰਗ ਤਾਂ ਘਟਾਈਏ ਨਾ ਸਰ ਰਨਿੰਗ ਐਕਸਪੈਂਸ ਘਟਾਈਏ ਲਾਈਟ ਦਾ ਖਰਚਾ ਤਾਂ ਬਚ ਜਾਏਗਾ ਰਾਤ ਦਾ ਸਰ ਸਿੰਗਲ ਸ਼ਿਫਟ ਕਰਾਂਗੇ ਦੂਜੀ ਸ਼ਿਫਟ ਨੂੰ ਅਸੀਂ ਜੋ ਲੜਕੇ ਹੈਗੇ ਉਹ ਸਿੰਗਲ ਸ਼ਿਫਟ ਲਿਆ ਕੇ ਥੋੜ੍ਹੇ ਬੰਦੇ ਹਟਾ ਦਾਂਗੇ ਅਸੀਂ ਇਹ ਡਿਮਾਂਡ ਤੁਹਾਡੀ ਅਗਰ ਨਹੀਂ ਪੂਰੀ ਹੁੰਦੀ ਤਾਂ ਇਹ ਵੀ ਗੱਲ ਕਈ ਸਾਹਮਣੇ ਆਈ ਹੈ ਵੀ ਹੜਤਾਲ 22 ਨੂੰ ਅਸੀਂ ਟੋਟਲੀ ਸ਼ਟਡਾਊਨ ਕਰਾਂਗੇ 22 ਨਵੰਬਰ ਨੂੰ ਸੁਣ ਸਕਦੇ ਹੋ ਕਿ ਜੇਕਰ ਇਹਨਾਂ ਦੀ ਡਿਮਾਂਡ ਜੇ ਪੂਰੀ ਨਹੀਂ ਹੁੰਦੀ ਤਾਂ 22 ਤਰੀਕ ਨੂੰ ਜਿਹੜੀ ਭੁੱਖ ਹੜਤਾਲ ਜਿਹੜੀ ਇਹਨਾਂ ਵੱਲੋਂ ਕਿ ਡਿਮਾਂਡ ਜਿਹੜੀ ਕੀਤੀ ਜਾ ਰਹੀ ਹੈ ਇਹ ਪੂਰਨ ਤੌਰ 'ਤੇ ਬੰਦ ਕੀਤਾ ਜਾਏਗਾ ਹੁਣ ਦੇਖਣਾ ਹੋਵੇਗਾ ਸਰਕਾਰ ਜਾਗਦੀ ਹੈ ਕਿ ਨਹੀਂ ਯਾਰ ਕਦੋਂ ਜਾਗੇਗੀ ਔਰ ਤੇਲ ਜਾਂ ਵੈਟ ਜਾਂ ਕਦੋਂ ਰੇਟ ਘਟਾਉਣਗੇ ਔਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਮੋਹਿਤ ਕੁਮਾਰ ਦੇ ਨਾਲ ਦਇਆ ਸਿੰਘ ਰਾਜਪੁਰਾ ਦੇਸ਼ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਜਿੱਥੇ ਲੋਕ ਪਰੇਸ਼ਾਨ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਡੀਲਰ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਜਿਹੜੇ ਮਾਲਕ ਨੇ ਉਹ ਵੀ ਪਰੇਸ਼ਾਨ ਨਜ਼ਰ ਆਉਂਦੇ ਨੇ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਜਿਹੜੀ ਮੀਟਿੰਗਾਂ ਕੀਤੀਆਂ ਜਾ ਰਹੀ ਸੀ ਫੈਸਲਾ ਲਿਆ ਗਿਆ ਕਿ ਰੋਜ਼ਾਨਾ ਜਿਹੜੇ ਪੰਪ ਜਿਹੜੇ ਨੇ ਉਹ ਹੁਣ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਖੁੱਲ੍ਹਣਗੇ 5 ਵਜੇ ਜਿਹੜਾ ਪੈਟਰੋਲ ਪੰਪ ਉਹ ਬੰਦ ਕਰ ਦਿੱਤੇ ਗਏ ਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਤੇਲ ਦੀ ਕੀਮਤਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ ਲੋਕ ਜਿਹੜੇ ਨੇ ਇਸ ਗੱਲ ਨੂੰ ਪਰੇਸ਼ਾਨ ਨੇ ਲੋਕਾਂ ਨਾਲ ਵੀ ਗੱਲਬਾਤ ਕਰ ਲੈਂਦੇ ਨੇ ਪਹਿਲਾਂ ਸਰ ਕੀ ਕਹਿਣਾ ਚਾਹੁੰਦੇ ਹੋ ਤੇਲ ਪਵਾਉਣ ਆਏ ਹੋ ਕਿਉਂਕਿ ਪਹਿਲਾਂ ਤਾਂ ਤੇਲ ਦੀਆਂ ਕੀਮਤਾਂ ਨੇ ਜਿੱਥੇ ਲੋਕ ਪਰੇਸ਼ਾਨ ਕਰ ਦਿੱਤੇ ਸੀ ਹੁਣ ਪੈਟਰੋਲ ਪੰਪ ਦੇ ਮਾਲਕ ਵੀ ਪਰੇਸ਼ਾਨ ਨੇ ਕੀ ਕਹਿਣਾ ਚਾਹੁੰਦੇ ਸਾਰੇ ਪਰੇਸ਼ਾਨ ਹੈ ਜੀ ਜਦੋਂ ਤੇਲ ਪਵਾਉਣਾ ਤਾਂ 109 ਰੁਪਏ ਦਾ ਲੀਟਰ ਹੋ ਗਿਆ ਦੱਸੋ ਕਿੱਥੋਂ ਮਹਿੰਗਾਈ ਬਹੁਤ ਵੱਧਦੀ ਜਾ ਰਹੀ ਹੈ ਬੁਲਟ ਦੇ ਐਵਰੇਜ 30-35 ਦੀ ਐਵਰੇਜ ਹੈ ਜੀ ਇਹਨੂੰ ਚੱਕਦੇ ਨਹੀਂ ਤਾਂ ਤੇਲੇ ਪਾਉਣਾ ਆਏ ਬਸ ਘਰੇ ਖੜੇ ਮਾੜਾ ਮੋਟਾ ਚਲਾਉਂਦੇ ਜੀ ਬੈਟਰੀ ਚਾਰਜ ਕਰਨ ਵਾਸਤੇ ਸਰਕਾਰਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਚਿੰਤਤ ਨਹੀਂ ਹਨ ਕਿਉਂਕਿ ਲਗਾਤਾਰ ਤੇਲ ਦੀ ਕੀਮਤਾਂ ਵੱਧ ਰਹੀਆਂ ਨੇ ਵੈਟ ਜਿਹੜਾ ਵਾਧਾ ਹੁੰਦਾ ਨਜ਼ਰ ਆ ਰਿਹਾ ਹੁਣ ਵੱਡੀ ਪਰੇਸ਼ਾਨੀ ਇਹ ਆ ਰਹੀ ਹੈ ਕਿ ਅਗਲੇ ਐਲਾਨ ਕਰਤਾ ਵੀ 7 ਵਜੇ ਲੈ ਕੇ ਸਵੇਰੇ 5 ਵਜੇ ਸ਼ਾਮੀ 5 ਵਜੇ ਤੱਕ ਪੰਪ ਬੰਦ ਰਹਿਣਗੇ ਅਗਰ ਕਿਸੇ ਨੂੰ ਤੇਲ ਖਤਮ ਹੋ ਜਾਂਦੇ ਸ਼ਾਮੀ ਕਿੱਥੇ ਪਵਾਏਗਾ ਪਰੇਸ਼ਾਨੀ ਤਾਂ ਲੋਕਾਂ ਨੂੰ ਹੋਣੀ ਜੀ ਪੰਪਾਂ ਦੀ ਤਾਂ ਕੋਈ ਪਰੇਸ਼ਾਨੀ ਨਹੀਂ ਪਰੇਸ਼ਾਨੀ ਤਾਂ ਪਬਲਿਕ ਨੂੰ ਹੋਣੀ ਹੈ ਸਾਰੀ ਪਰੇਸ਼ਾਨੀ ਪਬਲਿਕ ਨੂੰ ਗਿਰ ਰਹੀ ਹੈ ਮਹਿੰਗਾਈ ਦੀ ਪਬਲਿਕ ਨੂੰ ਮਾਰੀ ਹੈ ਸਾਰਾ ਮੋਦੀ ਨੇ ਬੇੜਾ ਗਰਕ ਕਰਤਾ ਜੀ ਸਾਡੇ ਦਾ ਸੁਣ ਸਕਦੇ ਹੋ ਕਿ ਕਿਤੇ ਨਾ ਕਿਤੇ ਸਰਕਾਰਾਂ ਤੋਂ ਵੀ ਦੋਸ਼ ਨੇ ਪੈਟਰੋਲ ਪੰਪ ਦੇ ਜਿਹੜੇ ਮਾਲਕ ਮਸ਼ਹੂਰ ਨੇ ਉਹ ਮੌਜੂਦ ਨੇ ਗੱਲਬਾਤ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਕੁਝ ਹੁਣ ਨਵੇਂ ਐਲਾਨ ਕੀਤੇ ਗਏ ਸਰ ਸਾਡੀਆਂ ਨਾ ਦੋ ਡਿਮਾਂਡਸ ਹੈਗੀਆਂ ਸੈਂਟਰ ਗਵਰਨਮੈਂਟ ਦੇ ਵਾਸਤੇ ਅਤੇ ਇੱਕ ਸਟੇਟ ਗਵਰਨਮੈਂਟ ਵਾਸਤੇ ਸਟੇਟ ਗਵਰਨਮੈਂਟ ਨੂੰ ਅਸੀਂ ਪਿਛਲੇ 14 ਸਾਲ ਤੋਂ ਰਿਕੁਐਸਟ ਕਰ ਰਹੇ ਹੈਗੇ ਕਿ ਵੈਟ ਜਿਹੜਾ ਹੈਗਾ ਪੈਟਰੋਲ ਡੀਜ਼ਲ ਤੋਂ ਐਡਜੋਇਨਿੰਗ ਸਟੇਟ ਤੋਂ ਬਰਾਬਰ ਕੀਤਾ ਜਾਏ ਪੰਜਾਬ ਦੀ ਪਬਲਿਕ ਜ਼ਿਆਦਾ ਪੈਸੇ ਕਿਉਂ ਦੇ ਅਤੇ ਸੈਂਟਰ ਗਵਰਨਮੈਂਟ ਨੂੰ ਅਸੀਂ ਕਹਿ ਰਹੇ ਹੈਗੇ ਕਿ ਸਾਡੀ ਇੱਕ ਤਾਂ ਇਨਵੈਸਟਮੈਂਟ ਬੋਡੀ ਵੱਧ ਗਈ ਸਾਡਾ ਪਰਸੈਂਟੇਜ ਮਾਰਜਨ ਘੱਟ ਗਿਆ 5 ਵਜੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਇਹਦੇ ਨਾਲ ਕੀ ਐਲਾਨ ਅਸੀਂ ਇਸ ਲਈ ਕੀਤਾ ਕਿ ਅਸੀਂ ਆਪਣੀ ਕੋਸਟਿੰਗ ਤਾਂ ਘਟਾਈਏ ਨਾ ਸਰ ਰਨਿੰਗ ਐਕਸਪੈਂਸ ਘਟਾਈਏ ਲਾਈਟ ਦਾ ਖਰਚਾ ਤਾਂ ਬਚ ਜਾਏਗਾ ਰਾਤ ਦਾ ਸਰ ਸਿੰਗਲ ਸ਼ਿਫਟ ਕਰਾਂਗੇ ਦੂਜੀ ਸ਼ਿਫਟ ਨੂੰ ਅਸੀਂ ਜੋ ਲੜਕੇ ਹੈਗੇ ਉਹ ਸਿੰਗਲ ਸ਼ਿਫਟ ਲਿਆ ਕੇ ਥੋੜ੍ਹੇ ਬੰਦੇ ਹਟਾ ਦਾਂਗੇ ਅਸੀਂ
डिमांड थोड़ी अगर नहीं पूरी होंगी तो यह भी गल कही सामने आई है भी हड़ताल 22 नूं असी टोटली शटडाउन करांगे 22 नवंबर नूं। कि जेकर इन्हों की डिमांड जे पूरी नहीं होंगी तो 22 तरीक नूं जी भुख हड़ताल जी इन वालों की डिमांड जी की जा रही है ये पूर्ण तौर पर बंद किया जाएगा। हुण देखना होगा सरकार जागती है कि नहीं और कदों जागेगी और तेल या वैट जा कदों रेट घटाउणगे और आने वाला समा ही दसेगा। कैमरा परसन मोहित कुमार दे नाल दया सिंह राजपुरा।